Love him, bro. I don't make cut to save you. ਇਹਦੇ ਛੋੜ ਨੂੰ ਵੀ ਕਰਤਾ ਪੇਂਟ ਨਾਟਕ ਕਰਾਂ ਦੀ ਉੱਤੋਂ ਹਾਂਜੀ ਅੱਜ ਕੱਲ ਦੀ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਆ ਦੇਖੋ ਤੁਸੀਂ ਕੀ ਹੋ ਰਿਹਾ ਜੇ ਗਰਮੀਆਂ ਸਟਾਰਟ ਹੋਈਆਂ ਨਾਲ ਦੀ ਨਾਲ ਲਾਈਟ ਵੀ ਖਰਾਬ ਹੋਣੀ ਸਟਾਰਟ ਹੋ ਗਈ ਹੈ ਇਹਦਾ ਬਲਿੰਕ ਆਉਂਦੀ ਲਾਈਟ ਬਹੁਤ ਜ਼ਿਆਦਾ ਤੇ ਮੈਨੂੰ ਇਹ ਚੱਲ ਅੱਜ ਅੱਜ ਦਿਨ ਰਹਿ ਗਿਆ ਆਹ ਕੰਮ ਨਿਬੜ ਜੇ ਤੇ ਉਸ ਤੋਂ ਬਾਅਦ ਹੀ ਫਿਰ ਇਹਦਾ ਹੱਲ ਕਰਦੇ ਹਾਂ ਠੀਕ ਆ ਮੇਜ ਤੇ ਵੀ ਖਲਾਰਾ ਇਦਾਂ ਹੀ ਪਾਇਆ ਹੋਇਆ ਮੈਂ ਹਜੇ ਤੱਕ ਚੱਕਿਆ ਨਹੀਂ ਗਾ ਬੈਂਡਰੀਆਂ ਬੂਟਰੀਆਂ ਪਾਰਸਲ ਇਹ ਸਾਰਾ ਕੰਮ ਆਪਾਂ ਸ਼ਾਮ ਨੂੰ ਹੀ ਕਰਾਂਗੇ ਹੁਣ ਇੱਕ ਵਾਰੀ ਪੈਲੀ ਵਾਲਾ ਕੰਮ ਨਿਬੇੜ ਹੀ ਲਈਏ ਠੀਕ ਆ ਕੱਲ੍ਹ ਕਲਿੱਪਾਂ ਕੋਈ ਇੰਨੀਆਂ ਜ਼ਿਆਦਾ ਵਧੀਆ ਆਈਆਂ ਨਹੀਂ ਸੀ ਯਾਨੀ ਕਲਿੱਪਾਂ ਤਾਂ ਵਧੀਆ ਸੀਗੀਆਂ ਪਰ ਨਾ ਆਡੀਓ ਬਹੁਤ ਜ਼ਿਆਦਾ ਜਿਵੇਂ ਨੋਇਜ਼ ਜਿਹਾ ਸੀਗਾ ਵਿੱਚ ਅਤੇ ਮੈਂ ਸੋਚਿਆ ਚਲੋ ਕੋਈ ਨਹੀਂ ਅੱਜ ਫਿਰ ਥੋੜ੍ਹਾ ਮੋਟਾ ਸ਼ੂਟ ਕਰ ਹੀ ਲੈਂਦੇ ਹਾਂ ਕੈਮਰਾ ਕਰਤਾ ਫਿੱਟ ਆਪਾਂ ਬਸ ਐਂਗਲ ਥੋੜ੍ਹਾ ਜਿਹਾ ਵੇਖਣਾ ਹੁੰਦਾ ਅਤੇ ਉਸ ਦੇ ਨਾਲ ਹੀ ਨਾ ਆਹ ਪੈਨ ਡਰਾਈਵ ਵੀ ਚੇਂਜ ਕਰਨੀ ਸੀ ਪਹਿਲਾਂ ਜਿਹੜੀ ਇਹਦੇ ਪੈਨ ਡਰਾਈਵ ਸੀ ਉਹਦੇ 'ਚ ਗਿਣਤੀ ਦੇ 20 ਗਾਣੇ ਸੀ ਬਸ ਅਤੇ ਇਹਦੇ ਵਿੱਚ 150 ਗਾਣਾ ਭਰਿਆ ਹੋਇਆ ਮੈਂ ਨਵੇਂ ਪੁਰਾਣੇ ਸਾਰੇ ਨੇ ਮੈਂ ਕਿਹਾ ਚੱਲ ਪੈਨ ਡਰਾਈਵ ਚੇਂਜ ਕਰਦੇ ਹਾਂ ਜੇ ਸਟਾਰਟ ਕਰਨ ਤੋਂ ਪਹਿਲਾਂ ਮਿਊਜ਼ਿਕ ਸਿਸਟਮ ਚੱਲਣ ਦਿਆ ਤਾਂ ਬੰਦ ਕਰਨਾ ਪਊਗਾ ਨਹੀਂ ਤਾਂ ਫਿਊਜ਼ ਉੱਡ ਜੂ ਜਾਂ ਕੁਛ ਨਾ ਕੁਛ ਸੜ ਜੂਗਾ ਕਿਉਂਕਿ ਲੋਡ ਪੈਂਦਾ ਨਾ ਇੱਕੋ ਦਮ ਸਲਫ ਨੂੰ ਵੀ ਚਾਹੀਦੀ ਪੂਰੀ ਪਾਵਰ ਅਤੇ ਸਿਸਟਮ ਵੀ ਵਾਹਵਾ ਪਾਵਰ ਖਿੱਚਦਾ ਬਾਕੀ ਗੇਟ ਪਹਿਲਾਂ ਖੋਲੀਏ ਅਤੇ ਕੈਮਰਾ ਸੈੱਟ ਕਰੀਏ ਫਿਰ ਚੱਲਦੇ ਹਾਂ ਆਪਾਂ ਇੱਦਾਂ ਚੱਲਣ ਦਿਆ ਜੇ ਦਿਨ ਅੱਜ ਦਾ ਜਿੰਨੇ ਗੱਟੇ ਭਰੇ ਸੀਗੇ ਸੀ ਕੇ ਤੋਲ ਕੇ ਅਤੇ ਲੱਦਾ ਹੈ ਟਰਾਲੀ 'ਚ ਅਤੇ ਫਿਲਹਾਲ ਹੁਣ ਘਰ ਚੱਲਦੇ ਹਾਂ ਰੋਟੀ ਨਹੀਂ ਖਾਧੀ ਸਵੇਰ ਦੀ 12 ਵੱਜ ਗਿਆ ਹੁਣ ਖਾਂਦੇ ਹਾਂ ਰੋਟੀ ਵੱਜ ਗਿਆ ਅਤੇ ਮਟਰਾਂ ਦਾ ਕੰਮ ਵੈਸੇ ਤਾਂ ਅੱਜ ਨਿਬੜ ਜੂਗਾ ਪਰ ਨਾ ਸਾਰੇ ਮਟਰ ਜਾਣੇ ਨਹੀਂ ਕਿਉਂਕਿ ਇਸ ਤੋਂ ਬਾਅਦ ਵੀ ਹੁਣ ਤੋੜਨਗੇ ਨਾ ਅਤੇ ਉਹ ਗੱਟੇ ਫਿਰ ਲੈ ਕੇ ਜਾਏ ਨਹੀਂ ਜਾਣੇ ਹੁਣ ਕਿਉਂਕਿ ਹੁਣ ਬਸ ਜਾਣਾ ਹੈ ਡੈਡੀ ਨੇ ਆਹ ਵੇਖੋ ਟਰਾਲੀ ਲੱਦਤੀ ਹੈ ਬਾਕੀ ਆਖੋ ਥੋੜ੍ਹੇ ਜਿਹੇ ਟੁੱਟਣ ਵੀ ਰਹਿਣੇ ਇੱਧਰ ਅਜੇ ਲੱਗੇ ਹੋਏ ਨੇ ਸਟਿਲ ਤੋੜਨ ਲੈਣੇ ਥੋੜ੍ਹਾ ਜਿਹਾ ਥਾਂ ਰਹਿ ਗਿਆ ਅਤੇ ਕੱਲ੍ਹ ਲੈ ਜਾਣਗੇ ਫਿਲਹਾਲ ਜਿੰਨੇ ਲੱਦੇ ਨੇ ਉਨੇ ਲੈ ਕੇ ਜਾਣੇ ਆ ਅਤੇ ਅੱਜ ਆਪ ਹੋ ਜਾਵਾਂਗੇ ਵਿਹਲੇ ਇਸ ਕੰਮ ਤੋਂ ਵਿਹਲੇ ਤਾਂ ਨਹੀਂ ਕੱਲ੍ਹ ਵਾਹੁਣੀ ਹੈ ਕੱਲ੍ਹ ਫਿਰ ਵਾਹ ਕੇ ਪਾਣੀ ਲਾ ਕੇ ਅਤੇ ਪੱਠੇ ਬੀਜਣੇ ਅਜੇ ਉਹ ਤਾਂ ਚਲੋ ਜ਼ਿਆਦਾ ਕੋਈ ਲੰਮਾ ਚੌੜਾ ਕੰਮ ਨਹੀਂ ਗਾ ਘੰਟੇ ਡੇਢ ਦਾ ਕੰਮ ਹੈ ਉਂਝ ਫ੍ਰੀ ਹੋ ਜਾਵਾਂਗੇ ਅੱਜ ਠੀਕ ਆ ਮਟਰਾਂ ਤੋਂ
ਘਰ ਰਵਾਨਾ ਇੱਥੇ ਹੋ ਗਈ ਸੀ ਕਲੋਲ ਨਿੱਕੀ ਜੀ ਇੱਥੇ ਆ ਕੇ ਫਸ ਗਈ ਅੱਖੀ ਕੋਈ ਚੱਕਰ ਨਹੀਂ ਲਓ ਮੁੰਡਾ ਨਿੱਕੀ ਜੀ ਕਲੋਲ ਹੋ ਗਈ ਸੀ ਇੱਕ ਉਹ ਮੈਂ ਆਈਫੋਨ 'ਤੇ ਕੱਢ ਲਿਆ ਸੀਗਾ ਜੇਬ 'ਚ ਸੀਗਾ ਅਤੇ ਦੂਜਾ ਫੋਨ ਨਾ ਉਹ ਜਿਹੜੀ ਸੀਟ ਆਉਂਦੇ ਅੱਗੇ ਪਾਊਚ ਜਿਹਾ ਬਣਾਇਆ ਉਹਦੇ 'ਚ ਪਾਇਆ ਸੀ ਅਤੇ ਫਿਰ ਇੱਥੇ ਡੈਡੀ ਨੂੰ ਰੋਕਿਆ ਸੜਕ 'ਤੇ ਮੈਂ ਕਿਹਾ ਮੈਂ ਆ ਗਿਆ ਆ ਪੈਂਥਰ ਖੜਾ ਸੀ ਉੱਥੇ ਕਿਸੇ ਦਾ ਉਹ ਚੱਕਿਆ ਮੈਂ ਅਤੇ ਫਾਈਨਲੀ ਆਪਾਂ ਨੂੰ ਫੋਨ ਮਿਲ ਗਿਆ ਤਾ ਠੀਕ ਹੈ ਪੈਂਥਰ ਕਾਫੀ ਟਾਈਮ ਬਾਅਦ ਚਲਾਇਆ ਪੈਂਥਰ ਆ ਕਹਿੰਦਾ ਸੀ ਪੈਂਥਰ ਇਹ ਤੇਰਾ ਸੀਗਾ ਵਧੀਆ ਸਰਵਿਸ ਸੁਰਵਿਸ ਬਹੁਤ ਵਧੀਆ ਕਰਾਈ ਹੋਈ ਤਾਂ ਬਹੁਤ ਭੱਜਦਾ ਇਹਦੀ ਚੈਨ ਹੀ ਲੱਤ ਗਈ ਚੜੀ ਨਹੀਂ ਅਜੇ ਚੜਾਵਾਂ ਪਹਿਲਾਂ ਅੱਗੋਂ ਚੜਾ ਰੁਕ ਇੱਥੋਂ ਲਾ ਪਹਿਲਾਂ ਥੋੜ੍ਹੀ ਜਿਹੀ ਹੁਣ ਚੜਾ ਉੱਥੋਂ ਹੁਣ ਚੜਾ ਚੱਕ ਕੇ ਦੂਜੇ ਪਾਸੇ ਰੱਖ ਵਾ ਹਾਂ ਉੱਤੇ ਰੱਖ ਦੇ ਇੱਕ ਮਿੰਟ ਇਹਨੂੰ ਇੱਥੋਂ ਫੜੀ ਇਹਨੂੰ ਇੱਥੋਂ ਫੜ ਕੇ ਰੱਖੀ ਅਤੇ ਬਸ ਜ਼ਿਆਦਾ ਜ਼ੋਰ ਨਾ ਲਾਈ ਬਸ ਹੁਣ ਅੱਗੇ ਤੋਰ ਦੇ ਨੱਪ ਕੇ ਘੁਮਾ ਦੇ ਹੋਰ ਘੁਮਾ ਦੇ ਝੜ ਗਈ ਹੋਰ ਆਪਾਂ ਕੀਤਾ ਕੀ ਆਪਾਂ ਚੈਨ ਹੀ ਚੜਾਈਆਂ ਨੇ ਲਓ ਵੀ ਮੁੰਡੇ ਉਹ ਮਟਰਾਂ ਵਾਲਾ ਮੋਰਚਾ ਹੋ ਗਿਆ ਫਤਿਹ ਬਸ ਜਿਹੜੇ ਟੁੱਟਣੇ ਸੀ ਟੁੱਟ ਗਿਆ ਅਤੇ ਆਹ 15-20 ਗੱਟੇ ਨੇ ਉਹ ਪੈਲੀ 'ਚ ਹੀ ਪਏ ਨੇ ਉਹ ਸਵੇਰੇ ਲੱਦਾਂਗੇ ਆਪਾਂ ਸਵੇਰੇ ਲੈ ਕੇ ਚੱਲਾਂਗੇ ਫਿਰ ਅਤੇ ਮੌਕੇ 'ਤੇ ਤਾਂ ਇਹਨੂੰ ਲੈਣ ਆਇਆ ਸੀ ਮੈਂ ਆਹ ਦੇਖੋ ਘੂਰਨ ਦਿਆ ਨਾ ਖੜਾ ਇਹ ਉਦੋਂ ਇੱਥੇ ਖਿਲਾਰਤਾ ਸੀਗਾ ਵਿੱਚ ਸਾਡਾ ਪਲੈਨ ਸੀਗਾ ਕਿ ਜਿਹੜੇ ਗੱਟੇ ਉੱਥੇ ਪਏ ਨੇ ਨਾ ਉਹ ਲੱਦ ਲਿਆਉਂਦੇ ਹਾਂ ਸਾਰੇ ਇਹਦੇ 'ਤੇ ਅਤੇ ਫਿਰ ਅਸੀਂ ਸੋਚਿਆ ਨਹੀਂ ਉੱਥੇ ਪਏ ਰਹਿੰਦੇ ਨੇ ਰਾਤ ਪਏ ਪਏ ਠੰਡੇ ਰਹਿਣਗੇ ਅਤੇ ਨਹੀਂ ਤਾਂ ਜੇ ਟਰਾਲੀ 'ਚ ਲੱਦ ਅਤੇ ਰਾਤ ਵੀ ਜਿਵੇਂ ਪਏ ਗਰਮੈਸ਼ ਮਾਰ ਜਾਣਗੇ ਅਤੇ ਕੱਲ੍ਹ ਵੀ ਸਾਰਾ ਦਿਨ ਧੁੱਪੇ ਪਏ ਰਹਿਣਗੇ ਗਰਮੈਸ਼ ਬਹੁਤ ਹੋ ਜੂਗੀ ਖਰਾਬ ਹੋ ਜਾਣੀ ਉਹ ਮਟਰ ਇਸ ਕਰਕੇ ਟਰਾਲੀ ਲੱਦਣ ਦਾ ਪਲੈਨ ਕਰਤਾ ਕੈਂਸਲ ਅਤੇ ਇਹਨੂੰ ਲੈ ਚੱਲਦੇ ਹਾਂ ਆਪਾਂ ਘਰੇ ਸੀ ਸੱਚ ਮੈਂ ਬਾਕੀ ਸਰ ਓਕੇ ਦੀ ਰਿਪੋਰਟ ਆ ਹੁਣ ਚੱਲੀਏ ਆਪਣੇ ਸੈਟਅਪ 'ਚ ਠੀਕ ਆ ਵੈਸੇ ਲਾਈਟਾਂ ਲੁੱਟਾਂ ਜਗਾਉਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਰਾਤ ਨੂੰ ਟਰੈਕਟਰ ਚਲਾਇਆ ਹੀ ਨਹੀਂ ਆਪਾਂ ਹੁਣ ਪੈਲੀ ਚੱਲੂਗਾ ਨਾ ਰਾਤ ਨੂੰ ਉਦੋਂ ਤੁਹਾਨੂੰ ਮੈਂ ਚੈੱਕ ਕਰਾਊਂ ਲਾਈਟਾਂ ਇਹਦੀਆਂ ਸਾਰੀਆਂ ਠੀਕ ਆ ਫਿਲਹਾਲ ਉੱਧਰ ਵੇਖੋ ਤੁਸੀਂ ਕਿਆ ਨੇ ਬਾਤਾਂ ਆਪਾਂ ਵੀ ਚੱਲੀਏ ਹੁਣ ਕਿਆ ਨੇ ਬਾਤਾਂ 'ਚ ਲਓ ਵੀ ਮੁੰਡਿਓ ਇੱਥੋਂ ਵੇਖੋ ਤੁਸੀਂ ਵੀ ਉਹ ਇੱਥੋਂ ਵਾਕਈ ਕਿਆ ਨੇ ਬਾਤਾਂ ਵਾਲੀ ਗੱਲ ਹੋਈ ਪਈ ਹੈ ਅਤੇ ਆਹ ਵੀ ਵੇਖੋ ਤੁਸੀਂ ਵਿਊ ਧਿਆਨ ਨਾਲ ਵੇਖੋ ਵੀ ਪਤਾ ਲੱਗੂ ਤੁਹਾਨੂੰ ਕਹਿੰਦੇ ਉੱਤੋਂ ਕਿੰਨੀ ਰੇਤਾ ਉੱਡ ਚੁੱਕੀ ਹੈ ਮੈਂ ਸੋਚਦਾ ਵੀ ਦਿਨੋਂ ਦਿਨ ਰੇਤਾ ਘਟੀ ਕਾਹਤੋਂ ਜਾਂਦੀ ਹੈ ਹੁਣ ਪਤਾ ਲੱਗਾ ਜਿਹੜੇ ਹਿਸਾਬ ਨਾਲ ਹਨੇਰੀ ਵਗਣ ਦੀ ਹੈ ਥੋੜ੍ਹੇ ਦਿਨਾਂ ਤੱਕ ਇੱਥੇ ਕੁਛ ਵੀ ਨਹੀਂ ਬਚਣਾ ਫਿਰ ਵੀ ਰੇਤਾ ਵਿਖਣ 'ਤੇ ਦਈ ਮਾੜੀ ਮੋਟੀ ਇੱਧਰੋਂ ਚੱਲ ਚੱਕ ਹੀ ਦਿੱਤੀ ਸੀ ਆਹ ਵੇਖ ਲਓ ਤਵੀਆਂ ਵੀ ਉੱਥੇ ਪਈਆਂ ਜਦੋਂ ਅਰਜਨ ਦਾ ਐਕਸਲ ਟੁੱਟਾ ਸੀਗਾ ਉਦੋਂ ਬਾਅਦ ਛੇੜਿਆ ਹੀ ਨਹੀਂ ਵੈਸੇ ਤਾਂ ਮੌਕੇ 'ਤੇ ਆਪਣੇ ਕੋਲ ਟਾਈਮ ਹੈਗਾ ਸ਼ੂਟ ਕਰਨ ਵਾਸਤੇ ਜੇ ਸ਼ੂਟ ਕਰਨਾ ਹੋਵੇ ਨੀਤ ਹੋਵੇ ਜੇ ਸ਼ੂਟ ਕਰਨ ਦੀ ਪਰ ਮੌਕੇ 'ਤੇ ਨੀਤ ਹੈ ਨਹੀਂ ਸ਼ੂਟ ਕਰਨ ਦੀ ਮੇਰੀ ਗੱਟੇ ਚੱਕ ਚੱਕ ਕੇ ਥੱਕਿਆ ਪਿਆ ਅੱਜ ਮੈਂ ਇਸ ਕਰਕੇ ਅੱਜ ਨਹੀਂ ਸ਼ੂਟਿੰਗ ਕਰਦੇ ਬਾਹਰ ਬਿਲਕੁਲ ਹੀ ਅੰਦਰ ਕਰਾਂ ਕੰਮ ਮਾੜਾ ਮੋਟਾ ਜਿਹੜਾ ਕਰਨ ਵਾਲਾ ਠੀਕ ਹੈ ਕੱਲ੍ਹ ਆਪਾਂ ਸ਼ੂਟਿੰਗ ਕਰਨੀ ਕੰਟੀਨਿਊ ਆਪਣੇ ਅਰਜਨ ਵਾਲੀ ਵੀ ਕਿਉਂਕਿ ਉਹਦੀ ਵੀਡੀਓ ਅਜੇ ਤਾਂ ਕੰਪਲੀਟ ਨਹੀਂ ਹੋਈ ਦੋ ਵਾਰੀ ਐਕਸਲ ਟੁੱਟ ਗਿਆ ਅਤੇ ਕੱਲ੍ਹ ਉਹਦੀ ਵੀਡੀਓ ਕੰਪਲੀਟ ਕਰਦੇ ਹਾਂ ਆਪਾਂ ਠੀਕ ਹੈ ਕੱਲ੍ਹ ਇੱਕ ਦੋ ਹੋਰ ਵੀਡੀਓ ਸ਼ੂਟ ਕਰਨ ਦਾ ਪਲੈਨ ਹੈ ਉਹਦੇ 'ਤੇ ਵੀ ਕੰਮ ਕਰਾਂਗੇ ਆਪਾਂ ਫਿਲਹਾਲ ਹੁਣ ਚੱਲਦੇ ਹਾਂ ਅੰਦਰ ਅੱਜ ਕੰਮ ਕਰਦੇ ਹਾਂ 9-11 'ਤੇ ਉਹਦੇ ਨਾਲ ਜਿਹੜੇ ਕਾਂਡ ਹੋਏ ਨੇ ਨਾ ਇੱਕ ਦੋ ਉਹਨਾਂ ਦਾ ਹੱਲ ਕਰਦੇ ਹਾਂ ਲਓ ਵੀ ਮੁੰਡੇ ਉਹ 9-11 ਦਾ ਵੱਡਾ ਅਪਡੇਟ ਇਹ ਆ ਕਿ ਕੋਸ਼ਿਸ਼ ਮੈਂ ਕੀਤੀ ਉਂਝ ਹੀ ਸਾਫ਼ ਕਰਨ ਦੀ ਸਾਫ਼ ਹੋਇਆ ਵੀ ਇਹ ਥੋੜ੍ਹਾ ਥੋੜ੍ਹਾ ਪਰ ਨਾ ਰੇਕ ਮਾਰ ਕੇ ਉਸ ਤੋਂ ਬਾਅਦ ਹੋਇਆ ਸਾਫ਼ ਹੁਣ ਉਹ ਸ਼ਾਈਨ ਨਹੀਂ ਰਹੀ ਅਤੇ ਟੰਕੀ ਦਾ ਵੀ ਸੇਮ ਉਹੀ ਹਾਲ ਹੈ ਫਿਲਹਾਲ ਇਹਨੂੰ ਮੈਂ ਦੁਬਾਰਾ ਪੇਂਟ ਕਰਦਾ ਵਾਂ ਟੰਕੀ 'ਤੇ ਹੋਜੂ ਆਰਾਮ ਨਾਲ ਕੋਈ ਚੱਕਰ ਨਹੀਂ ਗਾ ਪਰ ਇਹਦੇ 'ਤੇ ਨਾ ਸਟੀਕਰ ਲੱਗੇ ਹੋਣੇ ਇਸ ਕਰਕੇ ਦੁਬਾਰਾ ਪੇਂਟ ਹੋਣਾ ਥੋੜ੍ਹਾ ਮੁਸ਼ਕਲ ਆ ਬਾਕੀ ਦੇਖਦਾ ਮੈਂ ਇੱਦਾਂ ਹੀ ਸਪਰੇਅ ਮਾਰ ਕੇ ਇਹਦੇ ਉੱਤੇ ਠੀਕ ਹੈ ਜੇ ਤਾਂ ਲੇਅਰ ਜਿਵੇਂ ਸਹੀ ਰਹੀ ਸਾਈਡਾਂ 'ਤੇ ਨਾ ਜ਼ਿਆਦਾ ਪੇਂਟ ਗਿਆ ਅਤੇ ਆਪਾਂ ਇੱਦਾਂ ਹੀ ਫਿਰ ਫਿੱਟ ਕਰ ਦਾਂਗੇ ਇਹਨੂੰ ਨਹੀਂ ਤਾਂ ਫਿਰ ਮੈਂ ਸਾਰੀ ਸ਼ੋਅ ਦੁਬਾਰਾ ਪ੍ਰਿੰਟ ਕਰਾਂਗਾ ਠੀਕ ਹੈ ਨਵੀਂ ਸ਼ੋਅ ਪ੍ਰਿੰਟ ਕਰਾਂਗਾ ਫਿਰ ਇਹ ਨਹੀਂ ਰੱਖਦੇ ਸਟੀਕਰ ਵੀ ਦੇਖਾਂਗੇ ਫਿਰ ਨਵੇਂ ਪ੍ਰਿੰਟ ਕਰਾ ਲਾਂਗੇ ਅਤੇ ਹੁਣ ਕਰਨਾ ਹੀ ਪੈਣਾ
क्योंकि एवं वेखन जना भैड़ा जहा लगता तो इदा तो छड़ नहीं सकता मैं इस करके बाकी चलो देखते हैं कि बनता। लो भी मुंडे वेखो इतने पाया हुआ जे खलारा इतने मैं चेक कर दिया है पेंट एक तो रैड निकलिया उनके चो उस तो बाद फिर नैक्सट येलो लभ्या टंकी करता पेंट आ देख लो ठीक है तो उस दे नाल इसे छोड़ भी करता पेंट नाट गैर की उत्तों जितों तो मैंने लगता टंकी तो बिल्कुल सही हैगी हुई है तो मैं लगता शो का भी सारी जाना अपना मैं ये भी हूँ एक बार खलारा ना ही पाव मैं भी प्रिंटर चलाइए सवेरे फिट करके तो होर भी काफ़ी कुछ अजे प्रिंट करने वाला पिया है तो जो आप इन्हें तो काम स्टार्ट कर दें फिर वह सारा ही रह जूगा इस करके पेंट सुक जाता है सवेरे आप असैम्बल कर देंगे ठीक है रातों रात पेंट सुक जूगा इनका अज का ब्लॉग फिर आप करते हैं इतनी एंड तो ब्लॉग वेखने लिए बहुत बहुत धन्यवाद जी सारिया का तो जेडे मेरे चैनल पर नवे ने सबसक्राइब कर लो मिलते हैं बस सवेरे नवे ब्लॉग च ठीक है सवेरे कंटिन्यू बस इन्हें ही काम करना होर तो कोई काम है नहीं गा शूटिंग करा प्रिंटर चलाने सवेरे देखते हैं जोड़ा पार्ट इनका आया भी वर्क करता सही कि नहीं तो बाकी सवेर की सवेरे पता लगेगी ठीक है जी ओके बाय टाटा। एक चीज़ हाँ सच कल वाले ब्लॉग भी दसनी भुल गया ही इनका सलंसर भी टुट गया है ठीक है ये मैं कल वाले ब्लॉग भी दसी तो सी पर बिल्कुल एंड जिमें हूँ दसी है वो ऐड ही नहीं हुई बिच पर आ मैं ऐड जरूर करा।